ਲੋਹੇ ਦੀ ਨਗਰੀ ਮੰਨੇ ਜਾਣ ਵਾਲੇ ਗੋਬਿੰਦਗੜ੍ਹ ਦੇ ਨਾਲ ਲੱਗਦੇ ਪਿੰਡ ਡੜੇਹੇਰੀ ਵਿੱਚ ਵਿਕਾਸ ਕਾਰਜ ਬਿਲਕੁਲ ਠੱਪ ਪਏ ਨੇ। ਪਿੰਡ ਦੀ ਪੰਚ ਇੰਦਰਜੀਤ ਕੌਰ ਨੇ ਕਿਹਾ ਕਿ ਪਿੰਡ ਦੇ ਵਾਰਡ ਨੰਬਰ 3 ਵਿੱਚ ਗਲੀਆਂ ਨਾਲੀਆਂ ਕੱਚੀਆਂ ਪਈਆਂ ਨੇ ਤੇ ਪਾਣੀ ਦੀ ਕੋਈ ਵੀ ਨਿਕਾਸੀ ਨਹੀਂ ਹੋ ਰਹੀ। ਘਰਾਂ ਦਾ ਪਾਣੀ ਖੁੱਲ੍ਹੇ ਪਲਾਟਾਂ ਵਿੱਚ ਜਾ ਰਿਹਾ, ਜਿਸ ਨਾਲ ਘਰਾਂ ਦੀਆਂ ਨੀਹਾਂ ਤੇ ਕੰਧਾਂ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਤੇ ਉੱਥੇ ਹੀ ਲੋਕਾਂ ਨੇ ਅਕਾਲੀ ਪੰਚਾਇਤ ਤੇ ਮਨਮਾਨੀ ਨਾਲ ਕੰਮ ਕਰਨ ਦੇ ਕਥਿਤ ਦੋਸ਼ ਵੀ ਲਗਾਏ ਨੇ। ਉਹਨਾਂ ਕਿਹਾ ਕਿ ਪੰਚ ਸਰਪੰਚਾਂ ਵੱਲੋਂ ਪਿੰਡ ਵਿੱਚ ਇੱਟ ਨਾਲ ਬਣੀ ਹੋਈ ਸੜਕ ਨੂੰ ਤੋੜ ਕੇ ਦੁਬਾਰਾ ਇੰਟਰਲੋਕਿੰਗ ਸੜਕ ਬਣਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੋਇਆ। ਅਸੀਂ ਡੜੇਹੇੜੀ ਪਿੰਡ ਤੋਂ 3 ਨੰਬਰ ਵਾਰਡ ਦੇ ਸਾਰੇ ਬਸ਼ਿੰਦੇ ਆ। ਸਾਨੂੰ ਇੱਥੇ ਘੱਟੋ ਘੱਟ 20 ਸਾਲ ਹੋ ਗਿਆ ਰਹਿੰਦੇ ਆ। 20 ਸਾਲ ਦੇ ਦੌਰਾਨ ਇੰਨੀਆਂ ਪੰਚਾਇਤਾਂ ਆਈਆਂ ਔਰ ਇੰਨੀ ਸਰਕਾਰ ਆਈ, ਪਰ 3 ਨੰਬਰ ਵਾਰਡ ਦੇ ਵਿੱਚ ਕੋਈ ਵੀ ਇਹੋ ਜਿਹਾ ਉਪਰਾਲਾ ਨਹੀਂ ਹੋਇਆ ਵੀ ਇਹ ਸੜਕਾਂ ਜਾਂ ਨਾਲੀਆਂ ਦਾ ਕੋਈ ਵਿਕਾਸ ਕਰ ਸਕਣ। ਜਦ ਵੀ ਇਹਨਾਂ ਕੋਲ ਕੋਈ ਸ਼ਿਕਾਇਤ ਲਾ ਕੇ 3 ਨੰਬਰ ਵਾਰਡ ਦੇ ਬਸਿੰਦੇ ਜਾਂਦੇ ਨੇ ਤਾਂ ਪੰਚਾਇਤ ਸਾਫ਼ ਇਨਕਾਰ ਕਰ ਦਿੰਦੀ ਹੈ ਵੀ ਅਸੀਂ ਇਹ 3 ਨੰਬਰ ਵਾਰਡ ਤਾਂ ਸਾਡੀ ਪੰਚਾਇਤ ਦੇ ਅੰਡਰ ਹੀ ਨਹੀਂ ਆ। ਅਗਰ ਇਹ ਕਹਿੰਦੇ ਆ, ਅਸੀਂ ਕਹਿੰਦੇ ਆ ਕਿ ਤੁਸੀਂ ਵੋਟਾਂ ਲੈਣ ਆਉਂਦੇ ਹੋ, ਸਾਡੇ ਤੋਂ ਵੋਟ ਪਵਾਉਂਦੇ ਹੋ, ਫਿਰ ਕਿਉਂ ਆਉਂਦੇ ਹੋ? ਤਾਂ ਹੁਣ ਇਸ ਵਾਰ ਸਾਰੇ 3 ਨੰਬਰ ਵਾਰਡ ਦੇ ਬਸਿੰਦਿਆਂ ਨੇ ਇਹ ਸਾਰਿਆਂ ਨੇ ਏਕਾ ਕੀਤਾ ਕਿ ਅਸੀਂ ਇਸ ਵਾਰ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ, ਚਾਹੇ ਕੋਈ ਸਰਕਾਰ ਹੋਵੇ ਚਾਹੇ ਕੋਈ ਪੰਚਾਇਤ ਹੋਵੇ, ਅਸੀਂ ਕਿਸੇ ਨੂੰ ਵੋਟ ਨਹੀਂ ਪਾਵਾਂਗੇ। ਅਗਰ ਸਾਡੇ 3 ਨੰਬਰ ਵਾਰਡ ਦਾ ਕੋਈ ਵੀ ਉਪਰਾਲਾ ਨਾ ਕੀਤਾ ਪੰਚਾਇਤ ਨੇ ਤਾਂ ਅਸੀਂ ਫਿਰ ਧਰਨਾ ਵੀ ਦੇਵਾਂਗੇ। ਮੈਂ ਪਿੰਡ ਡੜੇਹੇੜੀ 3 ਨੰਬਰ ਵਾਰਡ ਦੀ ਪੰਚਾਇਤ ਮੈਂਬਰ ਹਾਂ। ਇਸ ਵਾਰਡ ਦੇ ਵਿੱਚ ਕੋਈ ਵੀ ਪਾਣੀ ਦਾ ਨਿਕਾਸ ਨਹੀਂ, ਗਲੀਆਂ ਕੱਚੀਆਂ ਨੇ। ਜਦੋਂ ਵੀ ਇਹ ਲੋਕ ਮੇਰੇ ਕੋਲ ਆਉਂਦੇ ਨੇ, ਮੈਂ ਅੱਗੇ ਸਰਪੰਚ ਨੂੰ ਕਹਿੰਦੀ ਹਾਂ, ਉੱਥੇ ਪੰਚਾਇਤ ਦਾ ਏਜੰਡਾ ਜਦੋਂ ਆਉਂਦਾ ਅਸੀਂ ਮੀਟਿੰਗ ਕਰਦੇ ਹਾਂ ਅਤੇ ਉੱਥੇ ਇੱਕੋ ਗੱਲ ਕਹਿਣ ਨੂੰ ਮਿਲਦੀ ਹੈ ਵੀ ਨਹੀਂ, ਇਹਨਾਂ ਵੱਲ ਕੁਛ ਨਹੀਂ ਹੋਣਾ 3 ਨੰਬਰ ਵਾਰਡ ਵੱਲ। ਇੱਥੇ ਕੱਲ੍ਹ ਵੀ ਸਾਡੇ ਮੀਟਿੰਗ ਹੋਈ ਹੈ ਪੰਚਾਇਤ ਦੀ, ਕੁਛ ਪੰਚਾਇਤ ਮੈਂਬਰਾਂ ਨੇ ਇਹ ਵੀ ਕਿਹਾ ਵੀ 3 ਨੰਬਰ ਵਾਰਡ ਵਿੱਚ ਅਸੀਂ ਕੁਛ ਨਹੀਂ ਹੋਣ ਦੇਣਾ ਹੈਗਾ। ਪਰ ਜਿਹੜੀ ਹੁਣ ਗ੍ਰਾਂਟ ਆਈ ਹੈ ਸਰਕਾਰ ਨੇ ਦਿੱਤੀ ਹੈ, ਉਹਦੇ ਵਿੱਚੋਂ ਇਹ ਜਿੱਥੇ ਪੱਕੀਆਂ ਗਲੀਆਂ ਨੇ ਉਹਨਾਂ ਦੀਆਂ ਮਤਲਬ ਇੱਟਾਂ ਪੱਟ ਪੱਟ ਕੇ ਦੁਬਾਰਾ ਲੱਗੇ ਨੇ, ਦੁਰਵਰਤੋਂ ਕਰ ਰਹੇ ਨੇ। ਤੇ ਮੈਂ ਜਦ ਉਹਦੇ ਬਾਰੇ ਵੀ ਇਹਨਾਂ ਨੂੰ ਕਿਹਾ, ਉਹ ਕਹਿੰਦੇ ਤੁਸੀਂ ਜੋ ਮਰਜ਼ੀ ਕਰ ਲਓ, ਜਿਹੜਾ ਕੰਮ ਕਰਨਾ ਸੀ ਆਪਣੇ ਲੈਵਲ ਤੇ ਕਰਨਾ ਸੀ, ਕਿਸੇ ਦਾ ਉਹ ਨਹੀਂ ਕਰਨਾ ਹੈਗਾ। ਤੇ 2 ਨੰਬਰ ਵਾਰਡ ਨਾਲ ਵੀ ਇਹੀ ਹਾਲ, ਉਹ ਵੀ ਪੰਚਾਇਤ ਮੈਂਬਰ ਕੱਲ ਕਾਫੀ ਲੇਡੀ ਮਤਲਬ ਬੋਲੀ ਹੈ ਤੇ ਉਹਨਾਂ ਨੇ ਕਿਸੇ ਨੇ ਕੋਈ ਨਹੀਂ ਸੁਣਿਆ। ਇਹਨਾਂ ਨੇ ਆਪਸ ਦੇ ਵਿੱਚ ਸਰਪੰਚ ਦੇ 3 ਪੰਚਾਇਤ ਮੈਂਬਰ ਸੀਗੇ, ਬਹਿ ਕੇ ਇਹਨਾਂ ਨੇ ਆਪੇ ਮਤੇ ਪਾ ਲਏ, ਆਪੇ ਪਾਸ ਕਰਕੇ ਆਪੇ ਕਹਿਤਾ ਵੀ ਪਰਲੀਆਂ ਪਰਲੀਆਂ ਗਲੀਆਂ ਬਣਨੀਆਂ ਨੇ ਜਿਹੜੀਆਂ ਪੱਕੀਆਂ ਨੇ, ਦੁਬਾਰਾ ਇੰਟਰਲੋਕ ਉੱਥੇ ਲੱਗਣੀ ਹੈ, ਵੀ 3 ਨੰਬਰ ਵਾਰਡ ਦਾ ਅਸੀਂ ਕੰਮ ਨਹੀਂ ਹੋਣ ਦੇਣਾ ਹੈਗਾ, ਚਾਹੇ ਜਿੱਥੇ ਤੱਕ ਮਰਜ਼ੀ ਭੱਜ ਲਓ। ਹੁਣ ਇਹ ਲੋਕ ਕਹਿ ਰਹੇ ਨੇ ਵੀ ਜੇ ਸਾਡਾ ਗਲੀਆਂ ਨਾਲੀਆਂ ਦਾ ਕੋਈ ਕੰਮ ਨਾ ਹੋਇਆ, ਨਰਕ ਦਾ ਜੀਵਨ ਦੇ ਮਤਲਬ ਭੋਗ ਰਹੇ ਨੇ, ਵੀ ਅਸੀਂ ਤਾਂ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ਹੈਗੀ, ਵੀ ਸਾਡੇ ਕੋਲ ਨਾ ਕੋਈ ਵੋਟਾਂ ਮੰਗਣ ਆਵੇ ਨਾ ਅਸੀਂ ਪਾਉਣੀ ਹੈ। ਮੈਂ ਸੁਖਵੀਰ ਸਿੰਘ, ਸਰਪੰਚ ਪਿੰਡ ਡੇਹੜੀ ਤੋਂ। ਜੋ ਵੀ ਪਿੰਡ ਦਾ ਵਿਕਾਸ ਹੈ ਉਹ ਮੈਂ ਜਿਵੇਂ ਜਿਵੇਂ ਸਾਨੂੰ ਸਰਕਾਰ ਪੈਸੇ ਭੇਜੀ ਜਾਂਦੀ ਉਕਣ ਉਕਣ ਕਰਾਈ ਜਾਂਦੇ ਹਾਂ ਜੀ। ਜਿਹੜਾ 3 ਨੰਬਰ ਵਾਰਡ ਦਾ ਕੰਮ ਹੈ ਉੱਥੇ ਕਦੇ ਵੀ ਨਹੀਂ ਕੰਮ ਹੋਇਆ ਜੀ, ਅਸੀਂ ਉਹ 3 ਨੰਬਰ ਵਾਰਡ 'ਚ ਵੀ ਕੰਮ ਕਰਾਉਣਾ। ਜਿਵੇਂ ਜਿਵੇਂ ਸਾਨੂੰ ਸਰਕਾਰ ਪ੍ਰਪੋਜ਼ਲਾਂ ਬਣਾ ਕੇ ਭੇਜੀ ਜਾਂਦੀ ਅਸੀਂ ਭੇਜੀਆਂ ਨੇ, ਸਰਕਾਰ ਨੇ ਸਾਨੂੰ ਭੇਜੀਆਂ ਨੇ, ਅਸੀਂ ਉਕਣ ਉਕਣ ਸਰਕਾਰ ਕੰਮ ਅਸੀਂ ਕਰਾਈ ਜਾਣੇ ਆ ਪੰਚਾਇਤ ਦੇ ਨਾਲ ਲੱਗ ਕੇ ਜੀ। ਅਤੇ ਜਿਹੜਾ 3 ਨੰਬਰ ਵਾਰਡ ਦਾ ਕੰਮ ਹੈ ਉਹਦੀ ਹਾਲਤ ਬਹੁਤ ਮਾੜੀ ਹੈ, ਅਤੇ ਹੁਣ ਸਰਕਾਰ ਨੇ ਸਾਨੂੰ ਪੈਸਾ ਭੇਜਿਆ 9,31,000 ਰੁਪਈਆ, ਅਤੇ ਜਿਵੇਂ ਜਿਵੇਂ ਸਾਡੇ ਕੋਲ ਸਰਕਾਰ ਪੈਸੇ ਭੇਜੀ ਜਾਂਦੀ ਅਸੀਂ ਉਸ ਹਿਸਾਬ ਨਾਲ ਕੰਮ ਕਰਾਈ ਜਾਣੇ ਨੇ। ਅਤੇ ਜਿਹੜਾ 3 ਨੰਬਰ ਵਾਰਡ ਦਾ ਕੰਮ ਖਾਸ ਹੈ ਜੀ, ਉਹ ਹੌਲੀ ਹੌਲੀ ਹੋਊਗਾ, ਅਤੇ ਜਿਵੇਂ ਵੀ ਸਾਨੂੰ ਸਰਕਾਰ ਪੈਸਾ ਭੇਜੂਗੀ ਅੱਗੇ ਹੋਰ, ਅਸੀਂ ਉਹ 3 ਨੰਬਰ ਵਾਰਡ ਦਾ ਪਹਿਲਾਂ ਹੀ ਜਿੰਨਾ ਜਲਦੀ ਹੋਇਆ ਅਸੀਂ ਕੰਮ ਬਹੁਤ ਛੇਤੀ ਮੁਕਾਮਾਂ। ਸਾਡੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਵੀ ਹੁਣੇ ਸਾਡਾ ਸੰਪਰਕ ਹੋ ਗਿਆ ਟਿਆ। 9,31,000 ਨਹੀਂ ਲੱਗਣਾ ਜੀ 3 ਨੰਬਰ ਵਾਰਡ 'ਤੇ, ਉਹਨਾਂ ਦਾ ਨਾਲਾ ਇੱਕ ਬਣਨਾ ਹੈ, ਉਹਦੇ ਵੀ ਬਹੁਤ ਮੁਸ਼ਕਲ ਆ ਰਹੀ ਹੈ, ਜਿਹੜੇ ਪਾਣੀ ਦੀ ਨਿਕਾਸੀ ਹੈ ਜੀ ਉੱਧਰ ਢਾਲ ਬਹੁਤ ਹੈ। ਅਤੇ ਜਿਵੇਂ ਵੀ ਸਾਡਾ ਜਿਵੇਂ ਵੀ ਅੱਗੇ ਵੀ ਪ੍ਰਪੋਜ਼ਲ ਹੋਊਗੀ ਅਸੀਂ ਉੱਥੇ ਕੰਮ ਕਰਾਵਾਂਗੇ ਜੀ। ਨਹੀਂ ਦੇਖੋ ਜੀ, ਜਦੋਂ ਉਹਨਾਂ ਨੂੰ ਕਿਸੇ ਵੀ ਚੀਜ਼ ਨੂੰ ਆਪਾਂ ਚਾਹੇ ਉਹਨਾਂ ਨੇ ਬਾਈਕਾਟ ਤਾਂ ਕਰਨਾ, ਜਦ ਆਪਾਂ ਨੇ ਉਹਨਾਂ ਦੇ ਵਿੱਚ ਵਿਚਰਨਾ ਹੀ ਨਹੀਂ ਜੀ, ਬਾਈਕਾਟ ਤਾਂ ਕਰਨਾ ਹੀ ਅਗਲੇ ਨੇ। ਅਸੀਂ ਕਹਿੰਦੇ ਵੀ ਉਹਨਾਂ ਦਾ ਵੀ ਅਸੀਂ ਕੰਮ ਹੈ, ਜਿਹੜਾ ਉਹਨਾਂ ਦਾ ਪਾਣੀ ਦਾ ਨਿਕਾਸੀ ਹੈ ਜੀ ਉਹ ਮੰਡੀ ਗੋਬਿੰਦਗੜ੍ਹ 'ਚ ਪੈਣਾ ਹੈ ਪਾਣੀ ਉਹਨਾਂ ਦਾ ਸੀਵਰੇਜ। ਖੰਨਾ ਤੋਂ ਸੰਜੂ ਸੈਨੀ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।